ਪਹਿਲੀਆਂ ਕੋਨਾਂ ਤੋਂ 5 ਕੁ ਫੁੱਟ ਦੇ ਉੱਤੇ ਖੜਿਆ ਲੈਣਾ। ਥੋੜਾ ਜਿਹਾ ਹੋਰ ਪਿੱਛੇ ਲਿਆ, ਵੇਟ ਕਰ ਵੇਟ। ਜਦੋਂ ਟਾਇਰ 'ਚ ਕੋਨ ਦੇ ਬਰਾਬਰ ਆ ਜਾਂਦਾ, ਹੁਣ ਇੱਥੇ ਫੁੱਲ ਟਰੱਕ ਦੀ ਫੁੱਲ ਲੈਫਟ ਕਰਨਾ, ਫੁੱਲ ਲੈਫਟ ਕਰਕੇ ਜਿੰਨਾ ਚਿਰ ਟਾਇਰ ਤੁਹਾਡਾ ਰੁਕਿਆ ਵਾ ਤਾਂ ਬੈਕ ਤੁਰੇ ਆਉਣ। ਬਸ ਹੁਣ ਟ੍ਰੇਲਰ ਦੇ ਟਾਇਰ ਪਿੱਛੇ ਨੂੰ ਰੋੜਨ ਲੱਗ ਗਿਆ ਤਾਂ ਮਤਲਬ ਰਾਈਟ ਵਾਲੀ ਕੋਨ ਨੂੰ ਜਾਣਗੇ, ਉੱਥੇ ਟਾਇਰ ਸਿੱਧੇ ਕਰ ਦਿਉ। ਟਰੱਕ ਦੇ ਫਿਰ ਟਾਇਰ ਸਿੱਧੇ ਕਰ ਦੇਣੇ ਆ ਤਾਂ ਬੈਕ ਆ ਲੈਣ ਦੇਣਾ ਵਾ। ਕਿੰਨਾ ਚਿਰ? ਜਿੰਨਾ ਚਿਰ ਟਾਇਰ ਤੁਹਾਡਾ ਮੂਵ ਹੁੰਦਾ ਵਾ। ਜਦੋਂ ਟਾਇਰ ਰੁਕ ਗਿਆ ਫਿਰ ਟ੍ਰੇਲਰ ਦਾ ਤਾਂ ਫਿਰ ਟਾਇਰ ਫੁੱਲ ਲੈਫਟ ਕਰ ਦਿਉ, ਬੈਕ ਚੱਲਦੇ ਰਹੋ ਬੈਕ, ਜਿੰਨਾ ਚਿਰ ਤੁਹਾਡੀ ਟੇਲ ਪੈਰਲਰ ਨਹੀਂ ਹੁੰਦੀ ਪਹਿਲੀ ਕੋਨ ਦੀ। ਬਸ ਇੱਥੇ ਰੋਕ ਕੇ ਫਿਰ ਟਾਇਰ ਸਿੱਧੇ ਕਰਕੇ ਫੁੱਲ ਲਓ, ਸਿੱਧੇ ਕਰਕੇ ਹੋਰ ਅੱਗੇ, ਹੋਰ ਅੱਗੇ ਲੈ ਥੋੜ੍ਹਾ ਐਂਗਲ ਖੋਲ, ਬਸ ਉੱਥੋਂ ਫਿਰ ਫੁੱਲ ਲੈਫਟ ਕਰਕੇ ਬੈਕ ਆਓ, ਆਲ ਦਾ ਵੇ ਲੈ ਨਾਲ। ਦੇਖਣੀ ਹੈ ਕਿ ਟੇਲ ਤੁਹਾਡੀ ਰਾਈਟ ਨੂੰ ਜਾਂਦੀ ਹੈ ਜਾਂ ਲੈਫਟ ਸਾਈਡ ਨੂੰ ਆ ਰਹੀ ਹੈ। ਅਗਰ ਲੈਫਟ ਨੂੰ ਆਉਂਦੀ ਹੈ ਤਾਂ ਲੈਫਟ ਆਉਂਦੇ ਰਹੋ ਜਿੰਨਾ ਚਿਰ ਪੈਰਲਰ ਨਹੀਂ ਹੁੰਦਾ, ਸੈਕਿੰਡ ਕੋਨ ਦੇ ਟ੍ਰੇਲਰ ਪੈਰਲਰ ਰਹੋ। ਹੁਣ ਅਗਰ ਟਰੈਕਟਰ ਬਿੰਗਾ ਮੂਹ ਰਿਹਾ ਹੋ ਤਾਂ ਰਾਈਟ ਕਰਕੇ ਰਾਈਟ ਵਾਲੀ ਸਾਈਡ ਨੂੰ ਸਿੱਧਾ ਕਰ ਦਿਉ। ਜਦੋਂ ਬੋਡੀ ਐਨ ਸਟਰੇਟ ਹੋ ਜਾਂਦੀ ਫੀਚੇ ਦੇ ਵਿੱਚ ਤਾਂ ਟਾਇਰ ਸਿੱਧੇ ਕਰੋ ਰੋਕ ਕੇ, ਅਤੇ ਬੈਕ ਆਉਂਦਾ ਰਹੋ।